ਹਾਂਜੀ ਸਰ, ਅੱਜ ਜਿਹੜਾ 15 ਅਗਸਤ ਦਾ ਸ਼ੁਭ ਦਿਹਾੜੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਚੌਂਕ, ਜਿਹਦੀ ਸਥਾਪਨਾ ਰਾਸ਼ਟਰੀ ਵਿਕਾਸ ਪਾਰਟੀ ਵੱਲੋਂ ਅੱਜ ਤੋਂ 20 ਸਾਲ ਪਹਿਲਾਂ ਕੀਤੀ ਗਈ ਸੀ, ਹਰ ਸਾਲ ਦੀ ਤਰ੍ਹਾਂ 15 ਅਗਸਤ, 26 ਜਨਵਰੀ ਭਗਤ ਸਿੰਘ ਦੇ ਸ਼ਹੀਦੀ ਦਿਵਸ ਔਰ ਉਹਨਾਂ ਦੇ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਇਹ 4 ਕਾਰਜਕ੍ਰਮ ਭਗਤ ਸਿੰਘ ਚੌਂਕ ਦੇ ਵਿੱਚ ਆਯੋਜਿਤ ਕੀਤੇ ਜਾਂਦੇ ਹਨ। ਅੱਜ ਵੀ ਜਿਹੜਾ 78ਵਾਂ ਸਾਡਾ ਆਜ਼ਾਦੀ ਦਿਵਸ ਆ, ਉਹਦੇ ਸਮਾਰੋਹ ਦੇ ਵਿੱਚ ਹੀ ਇੱਥੇ ਤਿਰੰਗਾ ਧਵਜ ਫਹਿਰਾਇਆ ਜਾਏਗਾ, ਜਿਹੜੇ ਕਿ ਸਾਡੇ ਪ੍ਰਦੇਸ਼ ਅਧਿਕਸ਼ ਭਾਰਤ ਭੂਸ਼ਣ ਵਰਮਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਉਹ ਵੀ ਆਪਣਾ ਇੱਥੇ ਧਵਜ ਫਹਿਰਾਉਣਗੇ। ਔਰ ਮੈਂ ਇੱਥੇ ਜਿਹੜੇ ਸਾਰੇ ਸਾਥੀ ਆਏ ਆ, ਜ਼ਿਲ੍ਹਾ ਅਧਿਕਸ਼ ਹੋਣ ਦੇ ਨਾਤੇ ਸਾਰਿਆਂ ਨੂੰ ਵਧਾਈ ਦਿੰਦਾ ਹੈਗਾ ਕਿ ਰਾਸ਼ਟਰੀ ਵਿਕਾਸ ਪਾਰਟੀ ਵੱਲੋਂ ਹਰ ਸਾਲ ਇੱਥੇ ਇੱਕ ਕਾਰਜਕ੍ਰਮ ਆਯੋਜਿਤ ਕੀਤਾ ਜਾਂਦਾ ਹੈ, ਅਤੇ ਸਾਰੇ ਹੀ ਇਹ ਸ਼ਹਿਰ ਵਾਸਤੇ, ਕਿਉਂਕਿ ਇਹ ਚੌਂਕ ਦੀ ਰੈਨੋਵੇਸ਼ਨ ਰਾਸ਼ਟਰੀ ਵਿਕਾਸ ਪਾਰਟੀ ਨੇ ਕਰਾਈ ਹੈ ਸਾਰਿਆਂ ਨੇ ਮਿਲ ਕੇ। ਔਰ ਦੇਖੋ ਕਿੱਡਾ ਵੱਡਾ ਇੱਥੇ 100 ਫੁੱਟਾਂ ਉੱਚਾ ਧਵਜ ਲੱਗਾ, ਦੇਖ ਕੇ ਵੀ ਗੌਰਵ ਮਹਿਸੂਸ ਹੁੰਦਾ। ਔਰ ਚੰਡੀਗੜ੍ਹ ਤੋਂ ਬਾਹਰੋਂ ਜਿਹੜੇ ਵੀ ਲੋਕ ਆਉਂਦੇ ਆ, ਉਹ ਇਸ ਚੌਂਕ ਨੂੰ ਦੇਖ ਕੇ ਬੜੇ ਗਦਗਦ ਹੁੰਦੇ ਆ, ਕਿਉਂਕਿ ਇਹ ਇਸ ਜਿਹੜਾ ਚੌਂਕ ਹੈਗਾ ਅੱਜ ਦੀ ਡੇਟ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਚੌਂਕ, ਲੋਕ ਦੇਖਣ ਵੀ ਆਉਂਦੇ ਆ। ਥੱਲੇ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੀ ਵਾਲ ਦੇ ਉੱਤੇ ਪ੍ਰਤਿਮਾ ਵੀ ਲੱਗੀਆਂ ਹੈਗੀਆਂ ਬਰੌਂਸ ਦੀਆਂ, ਔਰ ਭਗਤ ਸਿੰਘ ਦਾ ਸਟੈਚੂ ਲੱਗਾ ਉੱਪਰ। ਔਰ ਇਨ ਫਿਊਚਰ ਦੇ ਵਿੱਚ ਹੀ ਸਾਲ ਡੇਢ ਸਾਲ 'ਚ ਅਸੀਂ ਇਹ ਜਿਹੜਾ ਇੱਥੇ ਉੱਪਰ ਵੀ ਜਿਹੜੀ ਹੈ ਜਿੱਥੇ ਅਸੀਂ ਖੜ੍ਹੇ ਹਾਂ, ਇਹਦੇ ਉੱਤੇ ਵੀ ਅਸੀਂ 3 ਜਿਹੜੇ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਬੁੱਤ ਲਗਾਉਣ ਦੀ ਸਾਡੀ ਪਲੈਨਿੰਗ ਆ, ਉਹ ਪ੍ਰਧਾਨ ਜੀ ਨਾਲ ਸਾਡੀ ਚੱਲ ਰਹੀ ਆ, ਔਰ ਅਸੀਂ ਉਹਦੇ ਵਾਸਤੇ ਵੀ ਫੰਡ ਇਕੱਠਾ ਕਰ ਰਹੇ ਹਾਂ। ਔਰ ਅਸੀਂ ਸਾਰੇ ਹੀ ਜਿਹੜੇ ਵੀ ਦੇਸ਼ ਵਾਸੀ ਆ, ਸਾਡੇ ਸ਼ਹਿਰ ਵਾਸੀ ਆ, ਔਰ ਪਤਵੰਤੇ ਸੱਜਣ ਆ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਉਹਦੇ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਨ, ਤਾਂ ਕਿ ਇਹ ਜਿਹੜਾ ਚੌਂਕ ਹੈ ਇਹਨੂੰ ਹੋਰ ਜ਼ਿਆਦਾ ਰੈਨੋਵੇਟ ਕੀਤਾ ਜਾਵੇ, ਤਾਂ ਕਿ ਸਾਰੇ ਸ਼ਹਿਰ ਵਾਸਤੇ, ਹੁਸ਼ਿਆਰਪੁਰ ਵਾਸਤੇ ਇੱਕ ਇਹ ਮੀਲ ਪੱਥਰ ਸਾਬਤ ਹੋਵੇ। ਜੈ ਮਾਤਾ ਦੀ, ਜੈ ਭਾਰਤ। ਥੈਂਕ ਯੂ ਸਰ। ਜਿਹੜਾ ਸ਼ੁਭ ਦਿਹਾੜਾ ਵਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹੈਲੋ, ਪਹਿਲਾਂ ਤਾਂ ਮੈਂ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਔਰ ਤਹਿ ਦਿਲੋਂ ਵਧਾਈ ਦਿੰਦਾ ਇਸ ਸ਼ੁਭ ਦਿਨ ਦੀ। 15 ਅਗਸਤ ਦਾ ਦਿਨ ਬੜੀਆਂ ਹੀ ਕੁਰਬਾਨੀਆਂ ਦੇਣ ਤੋਂ ਬਾਅਦ ਸਾਨੂੰ ਪ੍ਰਾਪਤ ਹੋਇਆ। ਦੇਸ਼ ਦੇ ਨੌਜਵਾਨਾਂ ਨੇ ਸ਼ਹਾਦਤਾਂ ਦੇ ਕੇ, ਕੁਰਬਾਨੀਆਂ ਦੇ ਕੇ, ਆਪਣੇ ਜੀਵਨ ਦਾ ਬਲੀਦਾਨ ਦੇ ਕੇ, ਨਿਸ਼ਕਾਮ ਸੇਵਾ ਕਰਕੇ ਦੇਸ਼ ਦੀ, ਭਾਰਤ ਮਾਤਾ ਦੀ, ਇਸ ਦੇਸ਼ ਨੂੰ ਆਜ਼ਾਦ ਕਰਾਇਆ ਸੀ। ਇੱਕ ਨੌਜਵਾਨਾਂ ਅੱਗੇ ਅੱਜ ਅਪੀਲ ਜ਼ਰੂਰ ਕਰਾਂਗਾ ਕਿ ਜੋ ਦੇਸ਼ ਦੇ ਅੰਦਰ ਕੋਈ ਦੇਸ਼ ਵਿਰੋਧੀ ਸ਼ਕਤੀਆਂ ਜਿਹੜੀਆਂ ਕੰਮ ਕਰ ਰਹੀਆਂ, ਉਹਨਾਂ ਦੇ ਲਈ ਜਿਹੜਾ ਸਾਨੂੰ ਡਟ ਕੇ ਲੜਨ ਦੀ ਜ਼ਰੂਰਤ ਹੈ, ਉਹ ਲਈ ਲੜੀਏ, ਤਾਂ ਕਿ ਆਪਣਾ ਹਿੰਦੁਸਤਾਨ ਆਜ਼ਾਦ ਆ ਅਤੇ ਆਜ਼ਾਦ ਰਹੇ, ਔਰ ਇਹਦੀ ਪੂਰੇ ਵਰਲਡ ਦੇ ਵਿੱਚ ਜੋ ਇੱਕ ਅੱਛੀ ਜਿਹੜੀ ਤਸਵੀਰ ਹੈ ਉਹ ਆਪਾਂ ਪੇਸ਼ ਕਰ ਸਕੀਏ। ਹਿੰਦੁਸਤਾਨ ਦੀ ਏਕਤਾ ਸਾਰੇ ਨੌਜਵਾਨਾਂ ਨੂੰ ਕਾਇਮ ਰੱਖਣੀ ਪਵੇਗੀ। ਇਹਦੇ ਨਾਲ ਹੀ ਇੱਕ ਵਾਰ ਫਿਰ ਜਿੱਥੇ ਵੀ ਹਿੰਦੁਸਤਾਨ ਦੀ ਪੂਰੇ ਦੇਸ਼ਾਂ ਵਿੱਚ ਵਸੇ ਹੋਏ ਨੇ, ਉਹਨਾਂ ਸਭ ਨੂੰ ਮੈਂ ਵਧਾਈਆਂ ਦਿੰਦਾ, ਔਰ ਆਪ ਸਭ ਨੂੰ ਇਸ ਸ਼ੁਭ ਦਿਨ ਦੀਆਂ ਲੱਖ ਲੱਖ ਵਧਾਈਆਂ।